ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਤੇ ਨਾਲ ਹੀ ਚੱਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 17 ਜੂਨ ਨੂੰ ਸ਼ਾਮ ਤੇ ਰਾਤ ਵੇਲੇ ਕਿਹੋ ਜਿਹਾ ਮੌਸਮ ਪੰਜਾਬ ਦਾ ਰਹਿ ਸਕਦਾ ਹੈ ਜਿਵੇਂ ਕਿ ਆਪਾਂ ਸਵੇਰ ਵੇਲੇ ਦੱਸਿਆ ਸੀਗਾ ਕਿ ਤਕਰੀਬਨ ਸਾਰੇ ਹੀ ਪੰਜਾਬ ਵਿੱਚ ਸਵੇਰ ਵੇਲੇ ਤੋਂ ਮੌਸਮ ਸਾਫ਼ ਰਹੇਗਾ ਤੇ ਅੱਜ ਗਰਮੀ ਵਿੱਚ ਵੀ ਵਾਦਾ ਹੋਵੇਗਾ ਉਸੇ ਤਰ੍ਹਾਂ ਹੀ ਦੁਪਹਿਰ ਤੱਕ ਮੌਸਮ ਰਿਹਾ ਤੇ ਥੋੜੀ-ਬਹੁਤੀ ਹੌਮਸਪਰੀ ਗਰਮੀ ਵੀ ਬਣੀ ਹੋਈ ਸੀਗੀ ਤੇ ਪਰ ਥੋੜੀ ਜਿਹੀ ਹਵਾਵਾਂ ਚੱਲਣ ਨਾਲ ਉਸ ਤੋਂ ਰਾਹਤ ਮਿਲੀ ਜੇਕਰ ਸ਼ਾਮ ਤੇ ਰਾਤ ਦੀ ਗੱਲ ਕੀਤੀ ਜਾਵੇ ਤਾਂ ਹਰਿਆਣਾ ਤੇ ਰਾਜਸਥਾਨ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਥੋੜੇ-ਬਹੁਤੇ ਚਿੰਤ ਤੱਕ ਬੱਦਲਬਾਜ਼ੀ ਵਧਣੀ ਸ਼ੁਰੂ ਹੋ ਜਾਵੇਗੀ ਬੱਦਲ ਆਉਂਦੇ ਜਾਂਦੇ ਰਹਿਣਗੇ ਤੇ ਥੋੜੇ-ਬਹੁਤੇ ਖੇਤਰ ਵਿੱਚ ਮੀਂਹ ਦੀ ਕਾਰਵਾਈ ਵੀ ਹੋ ਸਕਦੀ ਹੈ ਪਰ ਵੱਡੇ ਪੱਧਰ ਤੇ ਤਕਰੀਬਨ ਇਸ ਤੋਂ ਅਨਕਾਰ ਹੀ ਕੀਤਾ ਜਾ ਸਕਦਾ ਹੈ ਹਰਿਆਣਾ ਤੇ ਖਾਸ ਕਰਕੇ ਰਾਜਸਥਾਨ ਦੇ ਜਿਹੜੇ ਨਾਲ ਲੱਗਦੇ ਇਲਾਕੇ ਜਿਵੇਂ ਬਰਨਾਲਾ ਮੁਖਤਸਰ ਸਰਧੂਲਗੜ ਪਟਿਆਲਾ ਆਪਣੇ ਇੱਧਰਲੇ ਇਲਾਕੇ ਸੰਗੂਰ ਮੋਗੇ ਤੱਕ ਮਾਲਵੇ ਦੇ ਖੇਤਰਾ ਵਿੱਚ ਸ਼ਾਮ ਵੇਲੇ ਤੱਕ ਬੱਦਲਵਾਈ ਬਣ ਸਕਦੀ ਹੈ ਪਰ ਥੋੜੇ ਬਹੁਤ ਥਾਂ ਵਿੱਚ ਮੀਂਹ ਵੀ ਪੈ ਸਕਦਾ ਹੈ ਤੇ ਜੇਕਰ ਦੁਆਬੇ ਤੇ ਮਾਜੇਰੀ ਗੱਲ ਕੀਤੀ ਜਾਵੇ ਤਾਂ ਇਹਨਾਂ ਵਿੱਚ ਤਕਰੀਬਨ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਤੇ ਇਹਨਾਂ ਵਿੱਚ ਕੋਈ ਵੀ ਹਲਚਲ ਸ਼ਾਮ ਜਾਂ ਰਾਤ ਵੇਲੇ ਨਹੀਂ ਹੋ ਸਕਦੀ ਥੋੜੀ ਬਹੁਤੀ ਗਰਮੀ ਕਰਕੇ ਬੱਦਲਬਾਝ ਬਣੂਗੀ ਪਰ ਮੀਂਹ ਤੋਂ ਕੋਰਾ ਇਨਕਾਰ ਹੀ ਹੈ ਜਿਹੜੀਆਂ ਥੋੜੀ ਬਹੁਤੀ ਕਾਰਵਾਈ ਹੋਣ ਦੀ ਆਸ ਹੈ ਉਹ ਉਹ ਮਾਲਵੇ ਵਿੱਚ ਹੈ ਤੇ ਬਾਕੀ ਤਕਰੀਬਨ ਮਾਝੇ ਤੇ ਦੁਆਬੇ ਵਿੱਚ ਤਕਰੀਬਨ ਮੌਸਮ ਸਾਫ਼ ਰਹੇਗਾ ਤੇ ਅੱਜ ਦਾ ਟੈਂਪਰੇਚਰ ਵੀ 40 ਡਿਗਰੀ ਨੂੰ ਪੱਛ ਕਰ ਗਿਆ ਹੈ ਆਉਣ ਵਾਲੇ ਦਿਨਾਂ ਵਿੱਚ ਟੈਂਪਰੇਚਰ ਹੋਰ ਪਵੇਗਾ ਤੇ ਲੋ ਵਰਗੀ ਸਥਿਤੀ ਵੀ ਬਣਦੀ ਜਾਪਦੀ ਹੈ ਇਹ ਜਿਹੜੇ ਮਾਲਵੇ ਵਿੱਚ ਆਪਾਂ ਮੀਂਹ ਦੀ ਕਹਿ ਰਹੇ ਹਾਂ ਜਾਂ ਬੱਦਲਵਾਈ ਬਣ ਰਹੀ ਹੈ ਇਹ ਜਿਹੜਾ ਤੂਫਾਨ ਦਾ ਅਸਰ ਹੈ ਉਹ ਰਾਜਸਥਾਨ ਵਿੱਚ ਬਹੁਤ ਵੱਡੇ ਪੱਧਰ ਤੇ ਉਸ ਨੇ ਮੀਂਹ ਪਾਇਆ ਹੈ ਉਸ ਕਰਕੇ ਥੋੜੇ-ਬਹੁਤੇ ਇਲਾਕਿਆਂ ਵਿੱਚ ਹਲਚਲ ਹੋ ਸਕਦੀ ਹੈ ਇਸ ਤੂਫਾਨ ਦੇ ਕਰਕੇ ਇਸ ਦਾ ਜ਼ਿਆਦਾਤਰ ਅਸਰ ਰਾਜਸਥਾਨ ਤੇ ਹਰਿਆਣਾ ਤੱਕ ਹੀ ਸੀਮਤ ਰਹਿ ਜਾਵੇਗਾ ਪੰਜਾਬ ਵਿੱਚ ਥੋੜਾ-ਬਹੁਤਾ ਅਸਰ ਹੋ ਸਕਦਾ ਹੈ